ਜਿਹੜਾ ਬੰਦਾ ਇਲੀਗਲ ਵੈਪਨ ਰੱਖ ਰਿਹਾ, ਪੁਲਿਸ ਉੱਥੇ ਇਨਫੋਰਮੇਸ਼ਨ 'ਤੇ ਉੱਥੇ ਜਾ ਰਹੀ ਹੈ, ਪੁਲਿਸ ਦੇ ਨਾਲ ਉਹ ਮਜ਼ਾਮਤ ਕਰ ਰਿਹਾ ਔਰ ਇੱਕ ਕਾਂਸਟੇਬਲ ਰੈਂਕ ਦੇ ਬੰਦੇ ਨੂੰ ਇੰਜਰਡ ਕਰ ਰਿਹਾ, ਸਿਰ 'ਚ ਉਹਦੇ ਸੱਟ ਮਾਰ ਰਿਹਾ, ਤਾਂ ਉਹਦਾ ਪ੍ਰੀਵੀਅਸ ਰਿਪੋਰਟ ਜਿਹੜਾ ਹੁਣ ਤੱਕ ਸੁਣਨ ਨੂੰ ਮਿਲਿਆ ਡਰੱਗਸ ਨਾਲ ਜਾਂ ਆਊਟ ਆਫ ਸਟੇਟ ਕਿਸੇ ਪੁਲਿਸ ਪਾਰਟੀ ਦੀ ਅਤੇ ਰੇਡ ਉਹਦੇ ਨਾਲ ਵੀ ਰਿਲੇਟਡ ਹੈ, ਤਾਂ ਇਹੋ ਜਿਹੀਆਂ ਗੱਲਾਂ ਉਹਦਾ ਵਰਸ਼ਨ ਕਹਿਣਾ ਹੀ ਹੈ ਆਪਣੇ ਬਚਾਅ 'ਚ। ਬਟ ਪੁਲਿਸ ਪਾਰਟੀ ਨੇ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕੀਤਾ, ਸਾਡਾ ਮੁਲਾਜ਼ਮ ਇੰਜਰਡ ਹੋਇਆ, ਹੁਣ ਅਸੀਂ 3 ਬੰਦਿਆਂ ਦੀ ਗ੍ਰਿਫਤਾਰੀ ਕਰ ਲਈ ਹੈ, ਫਰਦਰ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਔਰ ਇਹਨਾਂ ਦਾ ਜਿਹੜਾ ਕੋਈ ਪ੍ਰੀਵੀਅਸ ਰਿਕਾਰਡ ਉਹ ਵੀ ਚੈੱਕ ਕਰਾਂਗੇ, ਅਤੇ ਵੈਪਨ ਕਿੱਥੋਂ ਆਇਆ ਇਹਦੇ ਨਾਲ ਜਿਹੜੇ ਕੁਛ ਬੰਦੇ ਹੋਰ ਜਿਹੜੇ ਅਨਨੋਨ 'ਤੇ ਅਸੀਂ ਪਰਚਾ ਦਿੱਤਾ ਜਿਹੜੇ ਭੱਜੇ ਆ ਉਤੋਂ ਮੌਕੇ 'ਤੇ, ਉਹਨਾਂ ਨੂੰ ਵੀ ਲਿਆ ਕੇ ਗ੍ਰਿਫਤਾਰ ਕਰਾਂਗੇ ਔਰ ਸਾਰੀ ਗੱਲ ਜਿਹੜੀ ਸਾਹਮਣੇ ਲਿਆ। ਸੰਦੀਪ ਹੈ ਜਿਹੜਾ ਕਾਂਸਟੇਬਲ, ਉਹਦੇ ਗੋਲੀ ਵੱਜੀ ਹੈ ਜਾਂ ਸੱਟ ਵੱਜੀ? ਨਹੀਂ, ਉਹਦੇ ਸਿਰ ਦੇ ਵਿੱਚ ਸੱਟ ਵੱਜੀ ਹੈ, ਉਹਦੇ ਕਾਫੀ ਹੈੱਡ ਇੰਜਰੀ ਜਿਹੜੀ ਇਹਨਾਂ ਨੇ ਜਦੋਂ ਕੀਤੀ, ਦੈਨ ਸਾਡੇ ਮੁਲਾਜ਼ਮ ਨੇ ਜਿਹੜਾ ਡਿਫੈਂਸ 'ਚ ਫਾਇਰ ਕਰਕੇ ਜਿਹੜਾ ਉੱਥੋਂ ਇਹਨਾਂ ਨੂੰ ਖਦੇੜਿਆ ਔਰ ਜਿਨ੍ਹਾਂ 'ਚੋਂ 3 ਬੰਦਿਆਂ ਨੂੰ ਐਪ੍ਰੀਹੈਂਡ ਕਰਨ 'ਚ ਕਾਮਯਾਬ। ਇਹ ਹਜੇ ਡਾਕਟਰ ਤੋਂ ਓਪੀਨੀਅਨ ਲਵਾਂਗੇ, ਕੋਈ ਸ਼ਾਰਪ ਚੀਜ਼ ਹੈ ਜਿਹੜੀ ਉਹਦੇ ਸਿਰ ਦੇ ਵਿੱਚ ਜਿਹੜੀ। ਦੇਖੋ ਇਹ ਹਜੇ ਹੁਣ ਤੱਕ ਜਿਹੜੀ ਪ੍ਰੀਲਿਮਨਰੀ ਇਨਕੁਆਇਰੀ ਕੀਤੀ ਹੈ ਉਹਦੇ ਮੁਤਾਬਿਕ ਦੱਸਣ ਮੁਤਾਬਿਕ ਹੈ, ਜਿਹੜਾ ਆਲੇ ਦੁਆਲੇ ਨੇ ਦੱਸਿਆ ਵੀ ਇੱਥੇ ਪਹਿਲਾਂ ਵੀ ਆਲਰੇਡੀ ਆਊਟ ਆਫ ਸਟੇਟ ਪੁਲਿਸ ਇੱਕ ਅੱਧੀ ਵਾਰੀ ਆ ਚੁੱਕੀ ਹੈ ਹਰਿਆਣਾ ਤੋਂ, ਤਾਂ ਉਹ ਅਸੀਂ ਇਸ ਗੱਲ ਨੂੰ ਪੁਖਤਾ ਕਰਾਂਗੇ ਉਹ ਕਿਹੜੇ ਥਾਣੇ ਦੀ ਸੀ ਅਤੇ ਕਿਹੜੇ ਡਿਸਟ੍ਰਿਕਟ ਤੋਂ ਆਈ ਸੀ, ਉਹ ਸਾਰੀ ਗੱਲ ਵੈਰੀਫਾਈ ਕਰਕੇ ਫਰਦਰ ਜਿਹੜੀ ਕੋਈ ਹੋਊਗੀ ਤੁਹਾਨੂੰ ਉਹ ਪ੍ਰੈਸ ਬਰੀਫਿੰਗ ਦਿੱਤੀ ਜਾਊ। ਲੇਕਿਨ ਸਰ 7 ਮੁਲਾਜ਼ਮ, ਇੱਕ ਲੇਡੀਜ਼ ਕਾਂਸਟੇਬਲ ਅਤੇ 6 ਜੈਂਟਸ ਮੁਲਾਜ਼ਮ ਹੋਣ, ਅਤੇ ਉਹਨਾਂ ਵੱਲੋਂ ਕਾਫੀ ਭੀੜ ਇਕੱਠੀ ਕੀਤੀ ਗਈ ਜੋ ਸਾਨੂੰ ਸੂਤਰਾਂ ਦੱਸਿਆ ਪਿੰਡ ਵਾਲਿਆਂ ਨੇ, ਲੇਕਿਨ ਉਹ ਭੀੜ ਕਿੱਥੇ ਚਲੀ ਗਈ ਜਿਨ੍ਹਾਂ ਨੇ ਪੁਲਿਸ ਉੱਤੇ ਵੀ ਅਟੈਕ ਕੀਤਾ? ਜਿਹਦੇ ਵਿੱਚ ਅਸੀਂ 12-13 ਜਾਣੇ ਅਨਨੋਨ 'ਤੇ ਪਰਚਾ ਦਿੱਤਾ ਜੀ, 5-6 ਜਣਿਆਂ ਦੇ ਬਾਈਨੇਮ ਦਿੱਤਾ, ਜਿਹ 'ਚੋਂ ਇਹਦੇ 3 ਤਾਂ ਆਪਣੇ ਮੁੰਡੇ ਹੀ ਹੈ, ਚੌਥਾ ਇਹ ਵਿਜੇ ਕੁਮਾਰ ਹੈ, ਇੱਕ ਉਹਦਾ ਭਰਾ ਹੈ ਅਤੇ ਇੱਕ ਕੋਈ ਵਰਿੰਦਰ ਕੁਮਾਰ SBS ਨਗਰ ਦਾ ਰਹਿਣ ਵਾਲਾ। ਇਹ ਜਿਹੜੇ 5-7 ਬੰਦੇ ਤਾਂ ਅਸੀਂ ਬਾਈਨੇਮ ਹੈ, ਜਿਹੜੇ ਅਨਨੋਨ ਹੈ ਉਹ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ, ਜਦੋਂ ਇਹਨਾਂ ਬੰਦਿਆਂ ਦੀ ਹੁਣ ਅਸੀਂ ਗ੍ਰਿਫਤਾਰੀ ਸਬਰ ਕਰ ਲੈਣੀ ਹੈ, ਗ੍ਰਿਫਤਾਰੀ ਤੋਂ ਬਾਅਦ ਇਸ ਗੱਲ ਨੂੰ ਫਰਦਰ ਇਨਵੈਸਟੀਗੇਟ ਕਰਾਂਗੇ ਕੌਣ ਹੈ ਅਤੇ ਕੀ ਉਹਨਾਂ ਦਾ ਪ੍ਰੀਵੀਅਸ ਰਿਕਾਰਡ। ਸਰ ਇੱਕ ਸਵਾਲ ਹੈ ਕਿ ਇਹ ਪਹਿਲੇ ਇਹਨਾਂ ਨੂੰ ਪਤਾ ਸੀ CRE ਪਹਿਲੇ ਬੰਦੇ ਇਕੱਠੇ ਕੀਤੇ ਹੋਏ ਸੀ ਘਰ ਦੇ ਵਿੱਚ? ਇਹ ਇਕੱਠੇ ਹੋਏ ਹੋਏ ਸੀ, ਇਹਨਾਂ ਕੋਲ ਇਲੀਗਲ ਵੈਪਨ ਸੀ, ਪੁਲਿਸ ਪਾਰਟੀ ਨੂੰ ਧਾਂਦਰਾ ਰੋਡ 'ਤੇ ਇਨਫੋਰਮੇਸ਼ਨ ਮਿਲੀ ਵੀ ਇਹ ਬੰਦੇ ਉੱਥੇ ਇਕੱਠੇ ਹੋਏ ਆ, ਉਹਨਾਂ ਕੋਲ ਇਲੀਗਲ ਵੈਪਨ ਹੈ, ਮੇ ਬੀ ਕੋਈ ਵਾਰਦਾਤ ਜਾਂ ਹੋਰ ਕੋਈ ਚੀਜ਼ ਨਾ ਕਰ ਰਹੇ, ਤਾਂ ਪੁਲਿਸ ਪਾਰਟੀ ਉੱਥੇ ਗਈ ਔਰ ਇਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਹਾਂਜੀ ਉਹਦੇ ਕਰਕੇ ਜਿਹੜਾ ਪੁਲਿਸ ਪਾਰਟੀ ਦਾ ਮਜ਼ਾਮ ਕੀਤਾ। ਪਰਿਵਾਰ ਦਾ ਕਹਿਣਾ ਤਾਂ ਇਹ ਉਹਨਾਂ ਦੀ ਮਿਸਿਸ ਦਾ ਕੀ ਕਹਿੰਦੇ, ਅਸੀਂ ਤਾਂ ਸੁੱਤੇ ਪਏ ਸੀਗੇ, ਸਾਨੂੰ ਤਾਂ ਕੁਝ ਪਤਾ ਹੀ ਨਹੀਂ ਕਿ। ਦੇਖੋ ਹਰ ਬੰਦਾ ਆਪਣੇ ਡਿਫੈਂਸ 'ਚ ਬਹੁਤ ਸਾਰੀਆਂ ਗੱਲਾਂ ਸੁਣਾਊਗਾ, ਪਰ ਬੀਇੰਗ ਅ ਪੁਲਿਸ ਅਫਸਰ ਜੋ ਮੇਰੀ ਪਾਰਟੀ ਨੇ ਉੱਥੇ ਕੀਤਾ, ਜੋ ਉਹਨਾਂ ਨੇ ਡਿਫੈਂਸ 'ਚ ਫਾਇਰ ਕੀਤਾ, ਜਿਹੜੇ ਬੰਦੇ ਨੂੰ ਫੜਿਆ ਔਰ ਉਹਦੇ ਕੋਲ ਇਲੀਗਲ ਵੈਪਨ ਰਿਕਵਰ ਹੋਇਆ, ਇਹ ਗੱਲ ਸਾਰੀ ਨੂੰ ਪ੍ਰੂਵ ਕਰਦਾ, ਔਰ ਬਾਕੀ ਅਸੀਂ ਫਰਦਰ ਇਹਨਾਂ ਦਾ ਰਿਕਾਰਡ ਤੇ ਹੋਰ ਸਾਰਾ ਚੈੱਕ ਕਰਾਂਗੇ। ਸਰ ਕਿੰਨੇ ਰਾਊਂਡ ਫਾਇਰ ਹੋਏ, ਕਿੰਨੇ ਰਾਊਂਡ ਫਾਇਰ ਕੀਤੇ ਡਿਫੈਂਸ 'ਚ ਪੁਲਿਸ ਨੇ? ਇੱਕੋ ਫਾਇਰ ਰਾਊਂਡ ਕੀਤਾ ਜਿਹੜਾ ਉਹਦੇ ਲੱਤ 'ਚ ਆਗ ਪਾ ਗਿਆ। ਇੱਕੋ ਜਿਹੜਾ ਫਾਇਰ ਹੈ ਨਾ ਜਿਹੜਾ ਹੁਣ ਤੱਕ ਦੀ, ਪਰ ਉਹ ਅਸੀਂ ਡਿਊਰਿੰਗ ਤੁਹਾਨੂੰ ਦੱਸ ਰਹੇ ਇਨਵੈਸਟੀਗੇਸ਼ਨ, ਡਾਕਟਰ ਦਾ ਓਪੀਨੀਅਨ, ਬਟ ਹੁਣ ਤੱਕ ਜਿਹੜਾ ਇਹ ਹੈ ਵੀ ਉਹ ਜਿਹੜਾ ਉਸ ਲੜਕੇ ਦੇ ਇੱਕ ਫਾਇਰ ਲੱਗਾ ਜਿਹੜਾ ਪੱਟ ਦੇ ਵਿੱਚੋਂ ਆਰ ਪਾਰ ਹੋਇਆ। ਸਰਪੰਚ ਦਾ ਕੀ ਰੋਲ ਹੈ ਸਰ? ਤਾਂ ਉਹ ਬਟ ਆਊਟ ਆਫ ਡੇਂਜਰ ਹੈ, ਡਾਕਟਰ ਨੇ ਉਹਦਾ ਜਿਹੜਾ ਫਸਟ ਏਡ ਟ੍ਰੀਟਮੈਂਟ ਕਰਕੇ ਉਹਨੂੰ ਡਿਸਚਾਰਜ ਕਰਤਾ, ਤੇ ਬਾਕੀ ਅਸੀਂ ਜਿਨ੍ਹਾਂ ਨੂੰ ਫੜਿਆ ਉਹਨਾਂ ਨੇ ਵੀ ਗੋਲੀ ਚਲਾਈ ਹੋਈ? ਉਹਨਾਂ ਨੇ ਫਾਇਰ ਕੀਤਾ ਤਾਂ ਪੁਲਿਸ ਨੇ ਜਿਹੜਾ ਡਿਫੈਂਸ 'ਚ ਫਾਇਰ ਕੀਤਾ, ਉਹਨਾਂ ਕੋਲੋਂ 32 ਬੋਰ ਦਾ ਜਿਹੜਾ ਜਿਹੜਾ ਰਿਵਾਲਵਰ ਹੈ ਉਹ ਰਿਕਵਰ ਵੀ ਹੋਇਆ। ਸਰਪੰਚ ਦਾ ਕੋਈ ਸੀਨ ਹੈਗਾ ਇਹਦੇ ਵਿੱਚ, ਜਿਹੜਾ ਸਰਪੰਚ ਇਸ ਸਮੇਂ ਸਾਰਾ ਲੋਕੇਸ਼ਨ ਕ੍ਰੀਏਟ ਕਰ ਰਿਹਾ, ਹਰ ਕਿਸੇ ਨੂੰ ਬੁਲਾ ਰਿਹਾ, ਉਹਦੇ ਵਿੱਚ ਕੋਈ ਟਾਈ ਅਪ ਹੋ ਸਕਦਾ ਉਸਦਾ, ਕਿਉਂਕਿ ਹਰ ਇਤਲਾਹ ਉਹ ਚੀਜ਼ ਸ਼ਖਸ ਦੇ ਰਿਹਾ, ਹਰ ਕਿਸੇ ਨੂੰ ਲੈ ਕੇ ਆਉਣ ਤੋਂ ਛੱਡਣ ਤੱਕ ਦਾ ਕੰਮ ਕੀਤਾ ਜਾ ਰਿਹਾ? ਦੇਖੋ ਇਹ ਅਸੀਂ ਆਪਣੇ, ਮੈਂ ADCP ਇਨਵੈਸਟੀਗੇਸ਼ਨ ਹੈ ਅਮਨ ਬਰਾੜ, ਉਹਨਾਂ ਦੀ ਡਿਊਟੀ ਲਾਈ ਹੈ, ਉਹ ਸਾਰੇ ਕੇਸ ਨੂੰ ਪਰਸਨਲੀ ਆਪ ਮੋਨੀਟਰ ਕਰ ਰਹੇ ਹਾਂ, ਆਪ ਇਨਵੈਸਟੀਗੇਟ ਕਰ ਰਹੇ ਹਾਂ, ਉਹਨਾਂ ਦੀ CI ਦੀ ਟੀਮ ਜਿਹੜੀ ਗਈ ਹੈ
ਔਰ ਉਹਨਾਂ ਦੇ ਵਿੱਚ ਜਿਹੜੇ ਬੰਦੇ ਐਪਰੀਹੈਂਡ ਕੀਤੇ ਆ ਹੁਣ ਫਰਦਰ ਅੱਗੇ ਡੀਪਲੀ ਜਿਹੜੀ ਆ ਸਾਰੀ ਇਨਵੈਸਟੀਗੇਸ਼ਨ ਕਰਨਗੇ। ਜਿਹੜਾ ਤੁਸੀਂ ਕਿਸੇ ਦਾ ਨਾਮ ਲੈ ਰਹੇ ਹੋ ਸਰਪੰਚਾਂ ਜਾਂ ਔਰ ਉਹਨਾਂ ਦਾ ਰੋਲ ਵੀ ਐਗਜ਼ਾਮਿਨ ਕੀਤਾ ਜਾਊਗਾ ਵੀ ਕਿਉਂ ਕਰ ਰਹੇ ਆ, ਕੀ ਕਾਰਨ ਔਰ ਕੀ ਬਿਹਾਈਂਡ ਆ ਉਹਨਾਂ ਦੀ। ਪੁਲਿਸ ਦੇ ਉੱਤੇ ਹਰ ਵਾਰ ਹਮਲਾ ਹੁੰਦਾ ਕਿ ਲੋਕ ਜਿਹੜੇ ਨੇ ਪੁਲਿਸ ਦੀ ਛਵੀ ਨੂੰ ਖਰਾਬ ਕਰ ਰਹੇ ਨੇ ਕਿ ਪੁਲਿਸ ਦੇ ਉੱਤੇ ਇਹ ਜੋ ਲਗਾਤਾਰ ਹਮਲਾ ਹੁੰਦਾ, ਪੁਲਿਸ ਰੇਡ ਕਰਨ ਜਾਵੇ ਤਾਂ ਹਮਲਾ ਕਰ ਦਿੱਤਾ, ਕੋਈ ਇੱਕ ਮੈਸੇਜ ਦੇਵੋ ਜਿਹੜੇ ਸ਼ਰਾਰਤੀ ਅਨਸਰ ਨੇ। ਦੇਖੋ ਸਮਾਜ 'ਚ ਚੰਗੇ ਲੋਕ ਵੀ ਹੈ ਅਤੇ ਮਾੜੇ ਅਨਸਰ ਵੀ ਹੁੰਦੇ ਆ ਕ੍ਰਿਮੀਨਲ ਬੈਕਗਰਾਊਂਡ ਦਾ, ਤਾਂ ਜੇ ਕੋਈ ਇਹੋ ਜਿਹਾ ਐਕਟ ਕਰਦਾ ਪੁਲਿਸ ਉਹਦਾ ਸਖਤੀ ਨਾਲ ਜਵਾਬ ਦਿੰਦੀ ਹੈ ਜੀ। ਇਹ ਜਿਹੜਾ ਉਹਨਾਂ ਨੇ ਆ ਐਕਟ ਕੀਤਾ ਅਤੇ ਉਹਦੇ 'ਚ ਅਸੀਂ ਮੁਕੱਦਮਾ ਦਰਜ ਕੀਤਾ ਹੀਨੀਅਸ ਕ੍ਰਾਈਮ, ਤਾਂ ਇਹ ਹੁਣ ਅੱਗੇ ਮਿਊਜ਼ਿਕ ਫੇਸ ਕਰਨਗੇ। ਸਰ ਪਰਿਵਾਰ ਵਾਲਿਆਂ ਦਾ ਇਹ ਵੀ ਆਰੋਪ ਆ ਕਿ ਜਿਹੜਾ ਪਰਸਨ ਇੰਜਰਡ ਹੋਇਆ ਮਨੀਸ਼, ਉਸਦੀ ਮਾਤਾ ਅਤੇ ਉਸਦੀ ਚਾਚੀ ਨੂੰ ਪੁਲਿਸ ਚੱਕ ਕੇ ਲੈ ਕੇ ਗਈ ਹੈ ਕਿ ਅਸੀਂ ਤੁਹਾਡੇ ਬਿਆਨ ਲੈਣੇ। ਦੇਖੋ ਆਫਟਰ ਥਾਟ ਸਟੋਰੀ ਬਹੁਤ ਹੁੰਦੀ ਹੈ ਜੀ, ਹਰ ਚੀਜ਼ ਨੂੰ ਸਨੱਪ ਕਰਨ ਲਈ ਜਿਹੜੀ ਆਈ ਜੀ ਗੱਲ ਕੀਤੀ ਜਾਂਦੀ ਹੈ, ਬਟ ਅਸੀਂ ਜ਼ਿੰਮੇਵਾਰ ਅਫਸਰ ਸਾਡੇ ਏ ਡੀ ਸੀ ਪੀ ਰੈਂਕ ਦੇ ਅਮਨ ਬਰਾੜ ਨੂੰ ਲਾਇਆ, ਉਹ ਸਾਰੇ ਨੂੰ ਇਨਵੈਸਟੀਗੇਟ ਕਰਨਗੇ। ਜਿਹੜਾ ਕੋਈ ਫਰਦਰ ਅੱਗੇ ਅਰੈਸਟ ਵੀ ਹੋਏਗੀ, ਜਿਹੜੀ ਕੋਈ ਗੱਲ ਹੈਗੀ, ਉਹਨੂੰ ਤੁਹਾਨੂੰ ਵੱਖਰੀ ਪ੍ਰੈਸ ਬਰੀਫ ਜਿਹੜੀ ਦਿੱਤੀ ਜਾਏਗੀ।